ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਵਧਾ ਦਿੱਤਾ ਹੈ। ਗੰਨੇ ਦੇ ਭਾਅ ਦੇ ਵਿੱਚ 11 ਰੁਪਏ ਦਾ ਇਜ਼ਾਫਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਹੁਣ 391 ਰੁਪਏ ਗੰਨੇ ਦਾ ਭਾਅ ਹੋ ਗਿਆ ਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ ਵੱਡੀਆਂ ਸੌਗਾਤਾਂ ਮਿਲਣਗੀਆਂ, ਮਤਲਬ ਕਿ ਵੱਡੀਆਂ ਖੁਸ਼ਖਬਰੀਆਂ ਵੀ ਮਿਲ ਸਕਦੀਆਂ ਨੇ। ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਹੀ ਹੋਵੇਗਾ। ਟਵੀਟ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ, ਜਿਨ੍ਹਾਂ ਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਹੈ। ਅੱਜ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ 11 ਰੁਪਏ ਕੀਮਤ 'ਚ ਵਾਧਾ ਕਰਕੇ ਪੰਜਾਬ ਦਾ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ 'ਚ 391 ਰੁਪਏ ਕਰਕੇ ਸ਼ੁਭ ਸ਼ਗਨ ਕੀਤਾ ਜਾਂਦਾ ਹੈ। ਇਸ ਸੰਬੰਧੀ ਸਾਡੇ ਸਹਿਯੋਗੀ ਦੇ ਵੱਲੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਫੋਨ 'ਤੇ ਖਾਸ ਗੱਲਬਾਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਗੰਨੇ ਦੇ ਭਾਅ ਵਧਾਏ ਜਾਣ 'ਤੇ ਜੋਗਿੰਦਰ ਸਿੰਘ ਉਗਰਾਹਾਂ ਦਾ ਇਸ ਮੁਤਲਕ ਕੀ ਕੁਝ ਕਹਿਣਾ ਹੈ, ਆਓ ਸੁਣਦੇ ਹਾਂ। ਉਗਰਾਹਾਂ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਗੰਨੇ ਦੀ ਕੀਮਤ ਦੇ ਵਿੱਚ 11 ਰੁਪਏ ਦਾ ਵਾਧਾ ਕੀਤਾ। ਕਿਸਾਨ ਆਗੂ ਦੇ ਤੌਰ 'ਤੇ ਤੁਹਾਡਾ ਪਹਿਲਾ ਰਿਐਕਸ਼ਨ ਚਾਹਵਾਂਗੇ, ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਦੇਖੋ, ਮੰਗ ਤਾਂ ਜਿਹੜਾ ਵਾਧਾ ਕੀਤਾ ਇਹ ਤਾਂ ਚਲੋ ਚੰਗਾ ਕੀਤਾ, ਉਹਨਾਂ ਨੇ ਵਾਧਾ ਕੀਤਾ ਜੀ, ਪਰ ਜਿੰਨੀ ਲਾਗਤ ਆ ਰਹੀ ਹੈ ਨਾ ਗੰਨੇ ਤੇ, ਉਹਦੇ ਹਿਸਾਬ ਨਾਲ ਫਿਰ ਕੀਮਤ ਸੀ ਉਹ 400 ਮੰਗਦੇ ਸੀ ਜੀ। ਜਿਸ ਤਰ੍ਹਾਂ ਦੇ ਨਾਲ ਕਿਸਾਨ ਆਗੂਆਂ ਦੀ ਮੰਗ ਸੀ ਕਿ ਹਰਿਆਣੇ ਨੇ ਜਿੰਨੇ ਰੁਪਏ ਵਧਾਏ ਉਹ ਤੋਂ ਵਧਾ ਕੇ ਜਿਹੜੀ ਉਸ ਤਰਜ਼ ਦੇ ਉੱਤੇ ਸਾਡੀ ਕੀਮਤ ਦੇ ਵਿੱਚ ਵਾਧਾ ਕੀਤਾ ਜਾਵੇ, ਉਸ ਮੰਗ ਨੂੰ ਲੱਗਦਾ ਕਿ ਨੇੜੇ ਤੇੜੇ ਪਹੁੰਚੇ ਨੇ ਉਹਦੇ? ਦੇਖੋ, ਐਂ ਤਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਗੰਨੇ ਦਾ ਭਾਅ ਦੇ ਤਾ ਕੁਛ ਜੀ, ਇਸ ਨੂੰ ਤਾਂ ਜਿੰਨਾ ਦਿੱਤਾ ਇਹਨੂੰ ਤਾਂ ਨੀ ਕੋਈ ਨੈਗੇਟਿਵ ਕਹਿੰਦੇ, ਇਹ ਤਾਂ ਦਿੱਤਾ ਤਾਂ ਠੀਕ ਹੈ ਜੀ, ਪਰ ਥੋੜਾ ਜਿਹਾ ਹੋਰ ਕੁਛ ਕਰ ਲੈਂਦੇ ਚੰਗਾ ਸੀ ਜੀ, ਵਧੀਆ ਹੋ ਜਾਂਦਾ ਜੀ। 2024 ਦੇ ਚੋਣਾਂ ਦਾ ਇਹਨਾਂ ਦੀ ਫਾਇਦਾ ਹੋਣਾ ਸੀ ਜੀ, ਕਿਸਾਨਾਂ ਦਾ ਫਾਇਦਾ ਹੋ ਜਾਂਦਾ ਜੀ। ਲੇਕਿਨ ਕਿਸਾਨ ਤਾਂ 400 ਰੁਪਏ ਦੀ ਮੰਗ ਸੀ ਕਿਸਾਨਾਂ ਦੀ ਜੀ। ਉਗਰਾਹਾਂ ਸਾਹਿਬ, ਲੱਗਦਾ ਹੈ ਕਿ ਜਿਹੜਾ ਜਲੰਧਰ ਦੇ ਵਿੱਚ ਤੁਹਾਡੇ ਕਿਸਾਨਾਂ ਵੱਲੋਂ ਤੁਹਾਡੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਹ ਕਿਤੇ ਨਾ ਕਿਤੇ ਰੰਗ ਲਿਆ ਹੈ ਉਸ ਮਸਲੇ ਤੋਂ ਬਾਅਦ ਜਿਹੜਾ ਸਰਕਾਰ ਨੇ ਕਿਤੇ ਕਿ ਸੀਰੀਅਸ ਦਿਖਾਇਆ, ਕਿਉਂਕਿ ਬਹੁਤ ਜਲਦ ਕਹਿੰਦੇ ਕਿ ਗੰਨਾ ਮਿੱਲਾਂ ਸ਼ੁਰੂ ਹੋਣ ਜਿਹੜੀਆਂ ਖੰਡ ਮਿੱਲਾਂ ਨੇ ਸ਼ੁਰੂ ਹੋਣ ਜਾ ਰਹੀਆਂ ਨੇ? ਦੇਖੋ, ਸੰਘਰਸ਼ ਦਾ ਤਾਂ ਫਾਇਦੇ ਹੁੰਦੇ ਨਾ, ਜਦੋਂ ਸੰਘਰਸ਼ ਕਰਦੇ ਨੇ ਲੜਦੇ ਨੇ ਲੋਕ ਤਾਂ ਕੁਛ ਨਾ ਕੁਛ ਲੈ ਹੀ ਲੈਂਦੇ ਨੇ ਜੀ, ਇਹ ਤਾਂ ਫਾਇਦਾ ਜੀ। ਤੇ ਜਿਹੜੀਆਂ ਤੁਸੀਂ ਬੀਤੇ ਦਿਨ ਪ੍ਰਦਰਸ਼ਨ ਕਰਕੇ ਗਏ ਹੋ ਉਸ ਪ੍ਰਦਰਸ਼ਨ ਦਾ ਪ੍ਰਭਾਵ ਵੀ ਮੰਨਦੇ ਹੋ? ਦੇਖੋ, ਉਹਦਾ ਵੀ ਵਿੱਚ ਹੀ ਪੈ ਸਕਦਾ, ਜਲੰਧਰ ਵਾਲੇ ਧਰਨੇ ਦਾ ਪਤਾ ਜੀ।